ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ। ਸਿਹਤ ਵਿਭਾਗ ਦੀ ਚੰਡੀਗੜ੍ਹ ਤੋਂ ਆਈ ਟੀਮ ਨੇ ਤਰਨ ਤਾਰਨ ਦੇ ਪੁਰਾਣੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਕੋਲ ਇੱਕ ਅਲਟਰਾਸਾਊਂਡ ਸੈਂਟਰ ਦੇ ਉੱਤੇ ਛਾਪਾਮਾਰੀ ਕਰਕੇ ਲਿੰਗ ਨਿਰਧਾਰਤ ਟੈਸਟ ਹੋਣ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ ਸੈਂਟਰ ਦੇ ਵਿੱਚ ਇੱਕ ਮਹਿਲਾ ਦਲਾਲ ਦੇ ਨਾਲ 2 ਲੱਖਾਂ ਨੂੰ ਗ੍ਰਿਫ਼ਤਾਰ ਕਰਕੇ ਸਫਲਤਾ ਹਾਸਲ ਕੀਤੀ ਹੈ, ਜਦੋਂ ਕਿ ਸਿਹਤ ਵਿਭਾਗ ਨੇ ਸੈਂਟਰ ਦੇ ਮਾਲਕ ਅਤੇ ਡਾਕਟਰ ਦੇ ਖਿਲਾਫ਼ PNDC ਐਕਟ ਦੇ ਅਧੀਨ ਕਾਰਵਾਈ ਕਰਕੇ ਸੈਂਟਰ ਦੀਆਂ ਮਸ਼ੀਨਾਂ ਨੂੰ ਸੀਲ ਕਰ ਦਿੱਤਾ ਹੈ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾਕਟਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ, ਜਿਸ ਦੇ ਆਧਾਰ ਤੇ ਉਹਨਾਂ ਨੇ ਪੁਰਾਣੇ ਡਿਪਟੀ ਕਮਿਸ਼ਨਰ ਦਫ਼ਤਰ ਜਿਸ ਦੀ ਇਹ ਕਟੜਾ ਸੋਗ ਸੈਂਟਰ ਦੇ ਨਾਲ ਲਿੰਗ ਨਿਰਧਾਰਤ ਟੈਸਟ ਕੀਤਾ ਜਾਂਦਾ ਹੈ, ਜਿਸ ਦੇ ਉੱਤੇ ਕਾਰਵਾਈ ਕਰਦੇ ਹੋਏ ਟੀਮ ਨੇ ਛਾਪਾਮਾਰੀ ਕਰਕੇ ਉਹਨਾਂ ਨੂੰ ਰੰਗੇ ਹੱਥੀ ਫੜ ਲਿਆ ਅਤੇ ਸੈਂਟਰ ਦੀ ਮਸ਼ੀਨ ਨੂੰ ਸੀਲ ਕਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਸੈਂਟਰ ਦੇ ਮਾਲਕ ਇੱਕ ਗਰੋਹ ਦੀ ਤਰ੍ਹਾਂ ਕੰਮ ਕਰਕੇ ਪੂਰੇ ਇਲਾਕੇ ਦੇ ਵਿੱਚ ਲਿੰਗ ਨਿਰਧਾਰਤ ਟੈਸਟ ਕਰ ਰਹੇ ਸਨ। ਸਰ, ਮੈਨੂੰ ਇੱਕ ਕਾਲ ਆਈ ਆ PRO ਦੀ ਮੁੰਡੇ ਦੀ ਕਿ ਮੈਡਮ ਇੱਕ ਪੇਸ਼ੈਂਟ ਆ ਰਾਜ ਰਾਣੀ ਨਾਂ ਦਾ ਅਤੇ ਉਹਦੀ ਐਂਟਰੀ ਪਾ ਦਿਉ। ਬਸ ਉਹਨੂੰ ਇਹ ਆ ਪ੍ਰੋਬਲਮ ਕਿ ਜਦੋਂ 2 ਜਾਂ 3 ਪੇਸ਼ੈਂਟ ਹੁੰਦੇ ਆ ਤਾਂ ਮੇਰਾ ਸਭ ਤੋਂ ਪਹਿਲਾਂ ਪੇਸ਼ੈਂਟ ਹੋਣਾ ਚਾਹੀਦਾ, ਤਾਂ ਕਰਕੇ ਉਹ ਮੈਨੂੰ ਫੋਨ ਕਰ ਦਿੰਦਾ। ਮੈਂ ਇਹਨਾਂ ਨੂੰ ਫੋਨ ਕਰਕੇ ਕਿਹਾ ਕਿ ਦੀਦੀ ਪੇਸ਼ੈਂਟ ਆਉਣ ਲੱਗਾ, ਉਹਦੀ ਐਂਟਰੀ ਪਾ ਦਿਉ। ਮੈਂ ਘਰ ਸੀ, ਬਾਅਦ 'ਚ ਮੈਨੂੰ 15-20 ਮਿੰਟ ਬਾਅਦ ਫੋਨ ਜਾਂਦਾ ਵਾ ਕਿ ਮੈਡਮ ਇੱਥੇ ਆਓ, ਇੱਥੇ ਟੀਮ ਆਈ ਸਾਰੀ। ਠੀਕ ਹੈ, ਮੈਂ ਇੱਥੇ ਆ ਗਈ ਸਰ, ਜੇ ਮੇਰੇ 'ਚ ਕੋਈ ਕਸੂਰ ਹੋਵੇ ਜਾਂ ਮੈਂ ਕੁਛ ਕੀਤਾ ਹੋਵੇ ਤਾਂ ਮੈਂ ਗੁਣਾਗਾ ਰਿਹਾ, ਪਰ ਮੈਂ ਕਦੀ ਇਹ ਸੋਚ ਵੀ ਨਹੀਂ ਸਕਦੀ ਜੇ ਇਹ ਸੋਚੀ ਸਮਝੀ ਸਾਜਿਸ਼ ਆ ਮੇਰੇ ਖਿਲਾਫ਼। ਮੈਂ ਸਰ ਸੈਂਟਰ ਮੈਂ ਨਾਂ ਨਹੀਂ ਕਿਸੇ ਦਾ ਵੀ ਲੈ ਸਕਦੀ। ਨਵਾਂ ਨਵਾਂ ਸੈਂਟਰ ਸਰ 1.5 ਮਹੀਨਾ ਜੇ ਸੈਂਟਰ ਓਪਨ ਹੋਏ ਨੂੰ ਹੋਇਆ, ਮੈਂ ਇਹ ਕੰਮ ਕਰੂੰਗੀ ਸਰ? ਮੇਰੇ ਬੈਂਕ ਦੀਆਂ ਇੰਸਟਾਲਮੈਂਟ ਡਿਊ, ਮੇਰੇ ਸਕੂਟਰ ਤੇ ਲੋਨ ਦੀਆਂ ਇੰਸਟਾਲਮੈਂਟ ਡਿਊ, ਸਾਰਾ ਕੋਈ ਡਿਊ, ਮੇਰੇ ਸਟਾਫ ਦੀ ਸੈਲਰੀ ਤੱਕ ਡਿਊ ਹੈ ਸਰ। ਇੱਥੇ ਡਾਕਟਰ ਕੌਣ ਨੇ ਜਿਹੜੇ ਚੈੱਕ ਕਰਦੇ? ਡਾਕਟਰ ਸਰ ਆਪਣੇ ਡਾਕਟਰ ਦਮਨਦੀਪ ਸਿੰਘ ਜੀ, ਇਹਨਾਂ ਨੇ ਪਹਿਲੇ ਦਿਨ ਮੇਰੇ ਨਾਲ ਇਹ ਗੱਲ ਕੀਤੀ ਸੀ ਕਿ ਮੈਡਮ ਜੇ ਇੱਥੇ ਆਪਾਂ ਕਦੀ ਇਹ ਕੰਮ ਸੋਚਿਆ ਤਾਂ ਮੈਂ ਸੇਮ ਡੇ ਚਲ ਜਾਣਾ। ਮੇਰੇ ਨਿੱਕੇ ਨਿੱਕੇ ਬੱਚੇ ਸਰ, ਮੈਂ ਕਦੀ ਸੋਚ ਹੀ ਨਹੀਂ ਸਕਦੀ ਕਰਨ ਦੀ ਜ਼ਰੂਰਤ ਦੀ ਗੱਲ ਹੈ। ਮੈਨੂੰ ਉਹਦੀ ਕਾਲ ਆਈ ਕਿ ਮੈਡਮ ਪੇਸ਼ੈਂਟ ਹੈ ਐਂਟਰ ਕਰਾ ਦਿਓ, ਉਹ ਪੇਸ਼ੈਂਟ ਐਂਟਰ ਕਰਾਇਆ, ਉਹ ਪੇਸ਼ੈਂਟ ਹੌਸਪੀਟਲ ਤੁਹਾਡੇ ਹੌਸਪੀਟਲ ਤੋਂ PRO ਸ਼ਿਪ ਕਰਦਾ ਵਾ, ਪੇਸ਼ੈਂਟ ਦਿੰਦਾ ਵਾ ਤੇ ਇਨਸੈਂਟਿਵ ਲੈਂਦਾ ਵਾ। ਕੀ ਨਾਮ ਹੈ ਉਹਦਾ? ਮਨਜੋਤ। 10 ਮਿੰਟ ਬਾਅਦ ਮੈਨੂੰ ਫੋਨ ਜਾਂਦਾ ਕਿ ਤੁਸੀਂ ਇੱਥੇ ਆ ਜਾਓ। ਸਟੇਟ ਤੋਂ ਸਾਡੇ ਇੱਕ ਟੀਮ ਆਈ ਸੀ ਜਿਹਦੇ ਡਾਇਰੈਕਟਰ ਹੈਗੇ ਆ ਮੇਸ਼ ਦੱਤ ਜੀ, ਨਾਲ ਡਿਪਟੀ ਡਾਕਟਰ ਮੁਕੇਸ਼ ਸੋਨੀ ਅਤੇ ਨਾਲ ਉਹਨਾਂ ਦੀ ਟੀਮ। ਇਹ ਮੈਨੂੰ ਲੈ ਕੇ ਇਸ ਸੈਂਟਰ 'ਤੇ ਆਇਆ, ਕੋਈ ਗੁਪਤ ਸੂਚਨਾ ਮਿਲੀ ਸੀ ਵੀ ਇੱਥੇ ਜਿਹੜੇ ਹੈਗੇ ਆ ਸਿੰਗਲ ਟਰਮੀਨੇਸ਼ਨ ਟੈਸਟ ਜਿਹੜਾ ਹੁੰਦਾ ਹੈ। ਸੋ ਉਸ ਚੱਕਰ ਦੇ ਵਿੱਚ ਅਸੀਂ ਇੱਥੇ ਰੇਡ ਕੀਤਾ ਵਾ ਅਤੇ ਉਸ ਵੇਲੇ ਟੈਸਟ ਜਿਹੜਾ ਹੋ ਰਿਹਾ ਸੀ ਅਤੇ ਮੌਕੇ ਤੋਂ ਜੋ ਅਸੀਂ ਥੋੜ੍ਹੇ ਪੈਸੇ ਬਰਾਮਦ ਕੀਤੇ ਹੈਗੇ ਆ ਅਤੇ ਬਾਕੀ ਜਿਹੜੀ ਕਾਨੂੰਨੀ ਕਾਰਵਾਈ ਅਸੀਂ ਜੋ ਵੀ ਬਣਦੀ ਹੈਗੀ ਆ ਇਹਨਾਂ ਦੇ ਵਿਰੁੱਧ ਕਰਾਂਗੇ। ਸਰ, ਕਿੰਨਾ ਦੇ ਖਿਲਾਫ਼ ਕੀ ਨਾਂ ਜੀ ਉਹਨਾਂ ਦੇ? ਹਾਂਜੀ, ਨਾਂ ਕੀ ਹੈ ਜੀ? ਨਾਂ APE ਡਾਇਗਨੋਸਿਸ ਸੈਂਟਰ ਹੈ ਜੀ, ਇੱਥੇ ਜਿਹੜਾ ਬਾਠ ਰੋਡ 'ਤੇ ਚੱਲ ਰਿਹਾ ਜੀ। ਕਿੰਨਾ ਦੇ ਨਾਂ ਦੇ ਸਰ? APE ਡਾਇਗਨੋਸਿਸ ਸੈਂਟਰ। ਸਰ, ਮਾਲਕ ਕੌਣ ਹੈ? ਅਮਨਪ੍ਰੀਤ ਕੌਰ ਨਾਂ ਦਾ। ਸੈਂਟਰ ਸੀਲ ਵਗੈਰਾ ਕੀਤਾ ਗਿਆ ਕਿ ਨਹੀਂ?
ਸੈਂਟਰ ਅਸੀਂ ਸੀਲ ਕਰ ਰਹੇ ਹਾਂ, ਸੈਂਟਰ ਸੀਲ ਕਰਕੇ ਜਾ ਰਹੇ ਹਾਂ। ਤਰਨ ਤਾਰਨ ਤੋਂ ਸਾਗਰ ਅਰੋੜਾ ਦੀ ਰਿਪੋਰਟ, ਦਿਵਿਆ ਪੰਜਾਬ ਟੀਵੀ।